बब्बू मान ने पिंड पैरा लगता सौंग जिहड़ा कॉपी कीता उन्हां लई चार लैणा आ चक चक के पुरानी वीडियो पाउंदे ने कहिंदे मान भी कॉपी करदा इह दिखाउंदे ने दोस्तों सोशल मीडिया एक अजिही चीज़ है किसी नूं फेम दिंदा है ते किसी नूं बदनाम कर दिंदा है। बब्बू मान साहब दे विरोधी जो कि झूठियां खबरां दे नाल बब्बू मान साहब नूं बदनाम करन दी कोशिश कर रहे हैं जिथे कि मान साहब दे फैन पेज डिलीट किए गए हैं उत्थे कई लोगों वालों झूठी खबर फैलाई जा रही है कि बब्बू मान साहब चोरी किए गाने गाते हैं। इस दे बाद दोस्तों बब्बू मान साहब दे फैंस नूं बहुत गुस्सा आया। इस दे बाद बब्बू मान साहब दे फैंस ने खरियां सुनाईयां उन्हां लोगों नूं जो झूठियां खबरां फैलाउंदे ने। पहलां दोस्तों आपां देखांगे बब्बू मान साहब दे दोस्त दी वीडियो जो कि बब्बू मान साहब नूं बचपन तों ही जानदा है। डॉक्टर ਇਹ ਗੱਲ ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ 91 ਦੇ ਵਿੱਚ ਮੇਰਾ ਵਿਆਹ ਹੋਇਆ ਹੈ ਮੇਰੇ ਵਿਆਹ ਦੇ ਬੱਬੂ ਆਇਆ ਸੀ ਤੇ ਉਹਦੇ ਪਿੱਛੇ ਇਹ ਗੀਤ ਗਾਇਆ ਸੀ ਸੋ ਮੈਨੂੰ ਲੱਗਦਾ ਇਹ 90 ਦੇ ਨੇੜੇ 90-91 'ਚ ਇਹ ਗੀਤ ਜਿਹੜਾ ਪਿੰਡ ਪੈਰਾ ਲੱਗਾ ਅਸੀਂ ਅਕਸਰੇ ਸੁਣਦੇ ਰਹੇ ਅਤੇ ਮੈਨੂੰ ਲੱਗਦਾ ਕਿੰਨੀ ਵਾਰ ਇਹ ਅਸੀਂ ਰਿਪੀਟਡ ਵੀ ਹੋਣਾ ਮਤਲਬ ਵੀ ਉਹਨਾਂ ਦੀਆਂ ਜੇ ਉਸ ਸਮੇਂ ਦੀਆਂ ਉਦੋਂ ਮੈਨੂੰ ਲੱਗਦਾ ਉਹ ਦੂਜਾ ਹੁੰਦਾ ਸੀ VCR ਅਤੇ ਉਹ VCR ਦੇ ਵਿੱਚ ਜਿਹੜੀਆਂ ਉਹ ਚੱਲਦੀਆਂ ਸੀਗੀਆਂ ਕੈਸਟਾਂ ਵਗੈਰਾ ਜੇ ਉਹ ਕਿਤੇ ਲੱਭ ਗਈਆਂ ਮੈਨੂੰ ਲੱਗਦਾ ਉਹਦਾ ਆਪਾਂ ਲੱਭ ਕੇ ਉਹ ਦੇਖਿਆ ਵੀ ਜਾ ਸਕਦਾ ਵੀ ਸ਼ਾਇਦ ਉਹਨਾਂ ਦੀ ਕਿਤੇ ਰਿਕਾਰਡਿੰਗ ਪਈ ਵੀ ਹੋਵੇ ਮੇਰੇ ਕੋਲ ਆਰਟ ਸੈਂਟਰ ਦੇ ਰਿਕਾਰਡ 'ਚ ਜਾਂ ਮੇਰੀ ਪਰਸਨਲ ਲਾਇਬ੍ਰੇਰੀ 'ਚ ਜਿਹੜੀ ਹੈ ਉਹ ਸਕ ਜਿਹੜੇ ਲੋਕ ਕਹਿੰਦੇ ਨਾ ਬੱਬੂ ਮਾਨ ਨੇ ਪਿੰਡ ਪੈਰਾ ਲੱਗਦਾ ਸੌਂਗ ਜਿਹੜਾ ਕਾਪੀ ਕੀਤਾ ਉਹਨਾਂ ਲਈ ਚਾਰ ਲੈਣਾ ਆ ਚੱਕ ਚੱਕ ਕੇ ਪੁਰਾਣੀਆਂ ਵੀਡੀਓ ਪਾਉਂਦੇ ਨੇ ਕਹਿੰਦੇ ਮਾਨ ਵੀ ਕਾਪੀ ਕਰਦਾ ਇਹ ਦਿਖਾਉਂਦੇ ਨੇ। ਬੱਬੂ ਮਾਨ ਵਰਗਾ ਰੁਤਬਾ ਕੋਈ ਪਾ ਨਹੀਂ ਸਕਦਾ ਇਹੋ ਜਿਹੇ ਥੰਮ ਨੂੰ ਕੋਈ ਢਾ ਨਹੀਂ ਸਕਦਾ ਉਹਦੀ ਕਲਾਕਾਰੀ ਦਾ ਇੱਥੇ ਤੋੜ ਨਹੀਂ ਜੱਟ ਦੀ ਜੂਨਬੂਰੀ ਵਰਗਾ ਗਾਣਾ ਹੋਰ ਨਹੀਂ ਮੈਂ ਫੈਨ ਨਹੀਂ ਹਾਂ ਉਹਦਾ ਆਸ਼ਿਕ ਕਲਮ ਦਾ ਪੱਕਾ ਹਾਂ ਕਹਿੰਦਾ ਸਦਾ ਕਲਮ ਉਹਦੀ ਸੱਚ ਹੀ ਲਿਖਦੀ ਏ ਇਹ ਗੱਲ ਕਾਰਿਆਂ ਦੇ ਕੱਟ ਤੋਂ ਦਿਖਦੀ ਏ। ਤੇ ਦੋਸਤੋ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਦੱਸੋ। ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਬੈਲ ਦੇ ਆਈਕਨ ਦਬੋ।